ਖੇਮਕਰਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਚੱਲ ਰਹੇ ਸਕਿੱਲ ਸੈਂਟਰ ਨੂੰ ਬੀਤੇ ਬੁੱਧਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਡੀਜ਼ਲ ਪਾ ਕੇ ਅੱਗ ਲਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀਆਂ ਕੁਝ ਤਸਵੀਰਾਂ ਵੀ ਸੀਸੀਟੀਵੀ ਕੈਮਰੇ ਵਿਚ ਕੈਦ ਹੋਈਆਂ ਹਨ, ਜਿਸ ਵਿਚ ਦੋ ਵਿਅਕਤੀ ਮੂੰਹ ਤੇ ਕੱਪੜਾ ਬੰਨ ਕੇ ਸੈਂਟਰ ਅੰਦਰ ਦਾਖਲ ਹੁੰਦੇ ਦਿਖਾਈ ਦੇ ਰਹੇ ਹਨ, ਜਿਨ੍ਹਾਂ ਦੇ ਹੱਥਾਂ ਵਿਚ ਤੇਲ ਵਾਲੇ ਕੈਨ ਵੀ ਦਿਖਾਈ ਦੇ ਰਹੇ ਹਨ। ਇਸ ਵਾਰਦਾਤ ਨਾਲ ਸੈਂਟਰ ਚ ਪਏ 30 ਕੰਪਿਊਟਰਾਂ ਤੋਂ ਇਲਾਵਾ ਹੋਰ ਵੀ ਸਮਾਨ ਸੜ ਕੇ ਸਵਾਹ ਹੋ ਜਾਣ ਦਾ ਸਮਾਚਾਰ ਹੈ। ਫਿਲਹਾਲ ਸੈਂਟਰ ਇੰਚਾਰਜ ਗੁਰਜੀਤ ਸਿੰਘ ਦੀ ਸ਼ਿਕਾਇਤ ਤੇ ਥਾਣਾ ਖੇਮਕਰਨ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਨਾਲ ਦਾ ਸਕਿੱਲ ਸੈਂਟਰ ਪੀਐਸਡੀਐਮ ਦੇ ਅੰਦਰ ਚੱਲਦਾ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਅੰਦਰ ਜੀ, ਠੀਕ ਹੈ, ਡੀਡੀਯੂ ਜੀਕੇਵਾਈ ਸਕੀਮ ਦੇ ਅਧੀਨ ਚੱਲਦਾ ਹੈ। ਓਰਾਇਨ ਐਡੂਟੈਕ ਕੰਪਨੀ ਇੱਥੇ ਟ੍ਰੇਨਿੰਗ ਮੁਹੱਈਆ ਕਰਦੀ ਹੈ ਫ੍ਰੀ ਦੇ ਵਿੱਚ, ਫ੍ਰੀ ਆਫ ਕੋਸਟ ਬੱਚਿਆਂ ਨੂੰ ਟ੍ਰੇਨਿੰਗ ਮੁਹੱਈਆ ਕਰਦੀ ਹੈ। ਬਾਅਦ ਵਿੱਚ ਉਹਨਾਂ ਨੂੰ ਜੋਬ ਪਲੇਸਮੈਂਟ ਦਿੱਤੀ ਜਾਂਦੀ ਹੈ ਅਤੇ ਬੱਚਿਆਂ ਦੇ ਕਨਾਲ ਦਾ ਜੋਬ ਦੇਣ ਤੱਕ ਕਨਾਲ ਦਾ ਸਾਡਾ ਹੀ ਕੰਮ ਹੁੰਦਾ। ਪੁਲਿਸ ਤੋਂ ਅਸੀਂ ਇਹੀ ਉਮੀਦ ਰੱਖਦੇ ਹਾਂ ਕਿ ਜੋ ਜੇਕਰ ਦੋ ਬੰਦਿਆਂ ਨੇ ਜਿਨ੍ਹਾਂ ਨੇ ਵੀ ਸਾਡੇ ਇੱਥੇ ਆਣ ਕੇ ਨੁਕਸਾਨ ਕੀਤਾ ਹੈ, ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ, ਕਿਉਂਕਿ ਇਹਦੇ ਵਿੱਚ ਮੈਂ ਨਹੀਂ ਸਮਝਦਾ ਵੀ ਇਹ ਸੈਂਟਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੇ ਦੁੱਖ ਕੀ ਕਹਿ ਸਕਦੇ ਹਾਂ ਕਿ ਕਿਸੇ ਤਰ੍ਹਾਂ ਦੁਖੀ ਕੀਤਾ ਹੋਵੇਗਾ ਸੈਂਟਰ ਨੇ, ਠੀਕ ਹੈ। ਪਰ ਹੁਣ ਪੁਲਿਸ ਨੂੰ ਚਾਹੀਦਾ ਉਹਨਾਂ ਅਣਪਛਾਤਿਆਂ ਨੂੰ ਜਲਦੀ ਤੋਂ ਜਲਦੀ ਫੜ ਲੈਣ ਤਾਂ ਜੋ ਅੱਜ ਇੱਥੇ ਕੱਲ੍ਹ ਹੋਰ ਕਿਸੇ ਅਦਾਰੇ 'ਤੇ ਜਾ ਕੇ ਇੱਦਾਂ ਦੀ ਕੋਈ ਗਲਤ ਹਰਕਤ ਨਾ ਕਰ। ਤੁਹਾਨੂੰ ਬਿਲਕੁਲ ਨਹੀਂ ਚੰਗਾ ਲੱਗਾ ਇਹ ਗੱਲ ਕਿ ਜਿਹੜਾ ਸਾਡਾ ਸੈਂਟਰ ਨੇ ਇਸ ਤਰ੍ਹਾਂ ਕੀਤਾ, ਇਹ ਨਹੀਂ ਕਰਨਾ ਚਾਹੀਦਾ। ਅਤੇ ਬਾਕੀ ਸਾਡੀ ਸਟੱਡੀ 'ਤੇ ਹੁਣ ਫਰਕ ਤਾਂ ਪਊਗਾ ਇਹਦੇ ਨਾਲ। ਸਰਕਾਰ ਤੋਂ ਸਰ ਇਹੀ ਮੰਗ ਕਰਦੇ ਕਿ ਜਲਦੀ ਤੋਂ ਜਲਦੀ ਸਾਡਾ ਸੈਂਟਰ ਫਿਰ ਤੋਂ ਮਤਲਬ ਓਪਨ ਹੋ ਜਾਵੇ ਅਤੇ ਜਿਨ੍ਹਾਂ ਨੇ ਹਰਕਤ ਕੀਤੀ ਉਹ ਗ੍ਰਿਫਤਾਰ ਕੀਤੇ ਜਾਣ। ਉਹਨਾਂ ਨੇ ਜੋ ਵੀ ਕੀਤੀ ਹੈ ਗਲਤੀ, ਇਹ ਬਹੁਤ ਵੱਡੀ ਹਰਕਤ ਉਹਨਾਂ ਨੇ ਕੀਤੀ ਹੈਗੀ ਆ, ਇਹ ਚੰਗੀ ਨਹੀਂ ਹੈਗੀ, ਕਿਉਂਕਿ ਇਹਨਾਂ ਨਾਲ ਉਹਨਾਂ ਨੇ ਆਪਣਾ ਤਾਂ ਨੁਕਸਾਨ ਕੀ ਕਰਨਾ ਸੀ, ਸਕੂਲ ਜਿੰਨੇ ਕੈਂਡੀਡੇਟ ਸਿੱਖ ਰਹੇ ਸੀ ਉਹਨਾਂ ਨੁਕਸਾਨ ਕੀਤਾ ਹੈ, ਕਿਉਂਕਿ ਉਹ ਜਿੰਨਾ ਇੱਥੇ ਨੁਕਸਾਨ ਹੋਇਆ ਹੈਗਾ ਉਹ ਨੁਕਸਾਨ ਸੈੱਟ ਕਰਦੇ ਘੱਟ ਤੋਂ ਘੱਟ 10 ਤੋਂ 15 ਦਿਨ ਦੀ ਟਾਈਮ ਲੱਗ ਜਾਏਗਾ, ਜਿਹੜਾ ਕਿ ਇਹਨਾਂ ਦੀ ਇੱਕ ਸਟੱਡੀ ਦੇ ਵਿੱਚ ਰੁਕਾਵਟ ਬਣ ਚੁੱਕੀ ਹੈਗੀ ਹੈ। ਲੈਬ ਦੇ ਵਿੱਚ 30 ਕੰਪਿਊਟਰ ਸੀਗੇ, ਇੱਕ ਸਵਿੱਚ, ਹੱਬ, ਇੰਟਰਨੈਟ ਕਨੈਕਸ਼ਨ, ਪਲੱਸ 2 ਸੀਸੀਟੀਵੀ ਕੈਮਰੇ ਸੀਗੇ ਜਿਹੜੇ ਕਿ ਸੜ ਕੇ ਸਵਾਹ ਹੋ ਗਏ ਨੇ। ਇਹਨਾਂ ਨੇ ਇਹ ਹਰਕਤ ਕੀਤੀ ਹੈ, ਉਹਨਾਂ ਦੀ ਕੁਝ ਫੋਟੇਜ ਜਿਹੜੀਆਂ ਸੀਸੀਟੀਵੀ ਕੈਮਰੇ 'ਚ ਕੈਦ ਹੋ ਚੁੱਕੀਆਂ ਨੇ, ਉਹ ਜੋ ਸਾਨੂੰ ਸੀਸੀਟੀਵੀ ਕੈਮਰੇ 'ਚ ਬੈਕਅਪ ਮਿਲ ਸਕਦਾ। ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹੈਗੇ ਹਾਂ ਕਿ ਜੋ ਵੀ ਇਹ ਸੈਂਟਰ ਦਾ ਨੁਕਸਾਨ ਹੋ ਗਿਆ ਉਹ ਜਲਦੀ ਤੋਂ ਜਲਦੀ ਸੈੱਟ ਕਰਕੇ ਇਸ ਸੈਂਟਰ ਨੂੰ ਰਨਿੰਗ ਕੀਤਾ ਜਾਵੇ ਤਾਂ ਜੋ ਬੱਚਿਆਂ ਨੂੰ ਜਿਹੜੀ ਆ ਉਹ ਓਪਰਚੁਨਿਟੀ ਖਰਾਬ ਨਾ ਹੋਵੇ। ਅਤੇ ਉਸ ਤੋਂ ਬਾਅਦ ਦੂਸਰਾ ਇਹ ਹੈਗਾ ਕਿ ਜਿਹੜਾ ਇਹ ਹਰਕਤ ਕੀਤੀ ਹੈਗੀ ਆ ਉਹਨਾਂ ਅਣਪਛਾਤਿਆਂ ਦੇ ਵੱਧ ਛੇਤੀ ਤੋਂ ਛੇਤੀ ਕੋਈ ਜਿਹੜੀ ਆ ਇਨਕੁਆਇਰੀ ਕੀਤੀ ਜਾ ਸਕਦੀ ਹੈ, ਜਾ ਕੇ ਉਹ ਗ੍ਰਿਫਤਾਰ ਕੀਤੇ ਜਾਣ। ਖੇਮਕਰਨ ਤੋਂ ਹੀਰਾ ਕੰਡਾ, ਖਬਰ ਹਰਪਲ ਇੰਡੀਆ ਲਈ। ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਕਲਿੱਕ ਕਰੋ ਬੈਲ ਆਈਕੋਨ ਤੇ ਤਾਂ ਜੋ ਤੁਹਾਨੂੰ ਹਰ ਖਬਰ ਮਿਲੇ ਸਭ ਤੋਂ ਪਹਿਲਾਂ। ਇਸ ਦੇ ਨਾਲ ਹੀ ਵਿਜਿਟ ਕਰੋ ਸਾਡੀ ਵੈਬਸਾਈਟ ਤੇ www.khabarharpalindia.com ਤੇ। ਇਸ ਦੇ ਨਾਲ ਹੀ ਤੁਸੀਂ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰ ਸਕਦੇ ਹੋ, ਫੇਸਬੁੱਕ ਤੇ ਸਰਚ ਕਰੋ ਖਬਰ ਹਰਪਲ ਇੰਡੀਆ।